ਬਾਈ ਅਸੀਂ ਖੁਦ ਆਏ ਹਾਂਗੇ ਸਿੰਗਰਾਂ ਦੇ ਕਹਿਣ ਤੇ ਨਹੀਂ ਆਏਗੇ ਅਸੀਂ ਤਾਂ ਕਿਸਾਨ ਜਥੇਬੰਦੀਆਂ ਦਾ ਕਰਕੇ ਬਾਈ ਜੀ ਇੱਥੇ ਆਏ ਹਾਂਗੇ ਕਿਸਾਨਾਂ ਦੇ ਜਿਹੜਾ ਹੱਕ ਦੀ ਗੱਲ ਕਰੂਗਾ ਅਸੀਂ ਉਹਦੇ ਮਗਰ ਜਾਵਾਂਗੇ ਬਾਈ ਜੀ ਅੱਛਾ ਕੀ ਉਮੀਦ ਆ ਤੁਹਾਨੂੰ ਸਰਕਾਰ ਬਿੱਲ ਵਾਪਸ ਲੈ ਲੂ ਕਾਨੂੰਨ ਵਾਪਸ ਲੈ ਲੂ ਬਾਈ ਸਰਕਾਰ ਨੂੰ ਜ਼ੋਰ ਬਹੁਤ ਪਈ ਜਾਂਦਾ ਹੈ ਕੁਛ ਨਾ ਕੁਛ ਤਾਂ ਹੱਲ ਹੋਊਗਾ ਹੀ ਸਾਡਾ ਕਿਸਾਨਾਂ ਦਾ ਇਸੇ ਕਰਕੇ ਅਸੀਂ ਇਕੱਠੇ ਹੋਏ ਹਾਂ ਸਾਰੇ ਸੰਘਰਸ਼ ਨੂੰ ਕਿੱਥੇ ਤੱਕ ਲੈ ਕੇ ਜਾਵਾਂਗੇ ਬਾਈ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਉੱਥੋਂ ਤੱਕ ਹੀ ਜਾਵਾਂਗੇ ਉਹਨੂੰ ਜਿੰਨਾ ਚਿਰ ਸਰਕਾਰ ਗੱਲ ਸਾਡੀ ਮੰਨਦੀ ਨਹੀਂ ਕਿਸਾਨਾਂ ਦੀ ਅਸੀਂ ਉੱਥੋਂ ਤੱਕ ਜਾਵਾਂਗੇ ਬਾਈ ਦੇਖੋ ਸੰਘਰਸ਼ ਤਾਂ ਕਰਨਾ ਹੀ ਪੈਣਾ ਜੀ ਜਦੋਂ ਜਨਰਲ ਸੰਘ ਜਦੋਂ ਪੰਜਾਬ ਦੀ ਸਾਰ ਆ ਗਈ ਵੜਤੀ ਇਹ ਤਾਂ ਹੁਣ ਆਪਾਂ ਨੂੰ ਕਰਨਾ ਹੀ ਪੈਣਾ ਬਸ ਅਫਸੋਸ ਹੈ ਵੀ ਐਡੇ ਵਧੀਆ ਲੋਕ ਪੰਜਾਬ ਦੇ ਹੁਣ ਫਿਰ ਸੈੱਟ ਹੋ ਗਏ ਸੀਗੇ ਪਤਾ ਨਹੀਂ ਕਿਉਂ ਸਦੀਆਂ ਤੋਂ ਇਹ ਪੰਜਾਬ ਦੇ ਲੋਕਾਂ ਵਾਸਤੇ ਤ੍ਰਾਸਦੀ ਬਣੀ ਹੋਈ ਹੈ ਵੀ ਜਦੋਂ ਮਾੜੀ ਸੈਟਿੰਗ ਹੁੰਦੀ ਹੈ ਕੋਈ ਨਾ ਕੋਈ ਇਹੋ ਜਿਹੀ ਸਰਕਾਰ ਮਸਲਾ ਖੜਾ ਕਰ ਦਿੰਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਹੁਣ ਐਡਾ ਵੱਡਾ ਸੰਘਰਸ਼ ਫਿਰ ਕਰਨਾ ਪੈ ਰਿਹਾ ਕਿਉਂਕਿ ਇਸ ਵੇਲੇ ਪੰਜਾਬ ਕੋਲ ਖੇਤੀ ਤੋਂ ਬਿਨਾਂ ਹੈ ਹੀ ਕੁਛ ਨਹੀਂ ਹੋਰ ਤਾਂ ਆਪਣੇ ਕੋਲ ਇਨਕਮ ਦਾ ਸੋਰਸ ਹੀ ਹੈ ਨਹੀਂ ਔਰ ਪਹਿਲੇ ਨਸ਼ਿਆਂ ਕਰਕੇ ਜਾਂ ਹੋਰ ਇਹਨਾਂ ਗੱਲਾਂ ਕਰਕੇ ਪਹਿਲੇ ਬਹੁਤ ਪ੍ਰੋਬਲਮ ਆਈ ਪਈ ਸੀਗੀ ਅਤੇ ਬਸ ਬਦਕਿਸਮ ਦੀ ਹੈ ਕਿ ਲੋਕਾਂ ਨੂੰ ਫਿਰ ਲੜਾਈ ਲੜਨੀ ਪੈਣੀ ਲੜਾਈ ਤਾਂ ਲੜਾਂਗੇ ਕਿਉਂਕਿ ਹੋਰ ਆਪਣੇ ਕੋਲ ਕੁਛ ਹੈ ਹੀ ਨਹੀਂਗਾ ਖੇਤੀ ਤੋਂ ਬਿਨਾਂ ਅੱਛਾ ਅੱਜ ਦੇ ਇਕੱਠ ਨੂੰ ਦੇਖਦੇ ਹੋਏ ਕਿੰਨਾ ਕੁ ਹੌਸਲਾ ਵਧਿਆ ਕਿਉਂਕਿ ਨੌਜਵਾਨ ਜਿਹੜਾ ਆਇਆ ਹੁਣ ਉਹ ਵੀ ਸੜਕਾਂ ਤੇ ਆ ਗਿਆ ਬਿਲਕੁਲ ਹੌਸਲਾ ਤਾਂ ਦੇਖੋ ਲੋਕਾਂ ਨਾਲ ਹੀ ਹੈ ਇਹ ਕੋਈ ਇਕੱਲੇ ਕਹਿਰੇ ਦੇ ਵੱਸ ਦਾ ਕੰਮ ਤਾਂ ਹੈ ਨਹੀਂਗਾ ਗਾਹਾਂ ਸਰਕਾਰ ਸੈਂਟਰ ਸਰਕਾਰ ਬਹੁਤ ਆਪਦੇ ਆਪ ਨੂੰ ਸਟਰੋਂਗ ਸਮਝਦੀ ਹੈ ਤਾਂ ਉਹਨਾਂ ਨੇ ਤਾਂ ਕਿਸੇ ਨਾਲ ਲੋਕਾਂ ਦੇ ਮੂਹਰੇ ਤਾਂ ਕੋਈ ਚੀਜ਼ ਵੀ ਮਤਲਬ ਵੱਡੀ ਨਹੀਂ ਹੈ ਪਬਲਿਕ ਸਭ ਤੋਂ ਵੱਡੇ ਹੈ ਲੋਕ ਰਾਜ ਹੈ ਅਤੇ ਲੋਕ ਹੀ ਰੱਬ ਹੈ ਅਤੇ ਜੇ ਲੋਕ ਇਸ ਤਰ੍ਹਾਂ ਇਕੱਠੇ ਹੁੰਦੇ ਰਹੇ ਤਾਂ ਮੇਰੇ ਖਿਆਲ 'ਚ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਆਪਾਂ ਨੂੰ ਇਸ ਗੱਲ ਵਿੱਚ ਸਫਲਤਾ ਨਾ ਮਿਲੇ ਬਸ ਸ਼ਰਤ ਇਹ ਕਿ ਲੋਕ ਲੰਮਾ ਸਮਾਂ ਇਸ ਗੱਲ ਦੇ ਉੱਤੇ ਅੜੇ ਰਹਿਣ ਕਿਉਂਕਿ ਮੋਦੀ ਸਾਹਿਬ ਵੀ ਇਸ ਗੱਲ 'ਤੇ ਆਪਦੀ ਉਹਨਾਂ ਦੀ ਮੈਜੋਰਟੀ ਕਰਕੇ ਬਹੁਤ ਕਹਿੰਦੇ ਆ ਵੀ ਨਹੀਂ ਇਹ ਪਿੱਛੇ ਹਟਣੇ ਨਹੀਂ ਮੈਂ ਇਸ ਗੱਲ ਤੋਂ ਉਹਨਾਂ ਨੂੰ ਭੁਲੇਖਾ ਜਿਵੇਂ ਪਹਿਲਾਂ 370 ਹਟਾਈ ਆ ਹੋਰ ਕੀਤਾ ਪਰ ਮੇਰੇ ਖਿਆਲ 'ਚ ਪੰਜਾਬ ਦੇ ਲੋਕ ਕਦੇ ਹਾਰੇ ਤਾਂ ਹੈ ਨਹੀਂ ਅੱਜ ਤੱਕ ਬੇਸ਼ੱਕ ਦੀ ਉਹ ਮੁਗਲਾਂ ਨਾਲ ਲੜਾਈ ਹੋਵੇ ਅੰਗਰੇਜ਼ਾਂ ਨਾਲ ਹੋਵੇ ਤਾਂ ਮੇਰੇ ਖਿਆਲ ਤੱਕ ਕਾਮਯਾਬੀ ਲੈ ਕੇ ਹਟਾਂਗੇ ਇਸ ਕੰਮ ਦੇ ਵਿੱਚ ਅੱਛਾ ਯੂਥ ਬਾਰੇ ਕੀ ਕਹੋਗੇ ਕਿ ਯੂਥ ਜਾਗ ਗਿਆ ਜਾਂ ਸੱਚਮੁੱਚ ਜਿਵੇਂ ਕਹਿੰਦੇ ਨੇ ਕਿ ਸਿੰਗਰਾਂ ਪਿੱਛੇ ਲੜਦਾ ਸੀ ਅਤੇ ਹੁਣ ਸਿੰਗਰਾਂ ਦੇ ਕਹਿਣ 'ਤੇ ਜਿਹੜਾ ਉਹ ਧਰਨਿਆਂ ਦੇ ਵਿੱਚ ਆ ਰਿਹਾ ਨਹੀਂ ਦੇਖੋ ਲੋਕਾਂ ਨੂੰ ਪ੍ਰੋਬਲਮ ਤਾਂ ਹੈਗੀ ਹੈ ਲੋਕਾਂ ਦੀ ਅੰਦਰ ਦੀ ਪ੍ਰੋਬਲਮ ਹੈ ਇਹ ਉਹ ਗੱਲ ਵੱਖਰੀ ਹੈ ਕਿ ਜੇ ਕੋਈ ਸਟਾਰ ਹੈਗਾ ਕੋਈ ਵੀ ਬੇਸ਼ੱਕ ਵੀ ਉਹ ਨੇਤਾ ਹੈ ਜਾਂ ਉਹ ਸਿੰਗਰ ਹੈ ਜਾਂ ਕੋਈ ਐਕਟਰ ਹੈਗਾ ਥੋੜ੍ਹੀ ਜਿਹੀ ਅਟਰੈਕਸ਼ਨ ਤਾਂ ਉਹਨਾਂ ਪ੍ਰਤੀ ਲੋਕਾਂ ਦਾ ਵਿੱਚ ਜੇ ਕੋਈ ਬੰਦਾ ਸੁਪਰ ਸਟਾਰ ਹੈ ਜਾਂ ਸਟਾਰ ਹੈ ਤਾਂ ਹੁੰਦਾ ਹੀ ਹੈ ਸੁਭਾਵਿਕ ਗੱਲਾਂ ਉਹ ਅਤੇ ਉਹਨਾਂ ਕੁ ਤਾਂ ਜ਼ਰੂਰ ਹੁੰਦਾ ਹੈ ਪਰ ਬੇਸਿਕਲੀ ਲੋਕਾਂ ਦੀ ਪ੍ਰੋਬਲਮ ਹੀ ਹੈ ਇਹ ਹੁਣ ਲੋਕ ਮੁੰਡੇ ਪੜ੍ਹੇ ਲਿਖੇ ਸੜ ਦੇਣ ਯੂਟਿਊਬ ਆ ਸਾਰਾ ਫੇਸਬੁੱਕ ਵਟਸਐਪ ਦੇਖਦੇ ਹੈ ਔਰ ਲੋਕਾਂ ਨੂੰ ਸੱਚੀ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਵੀ ਆਪਣੇ ਪੱਲੇ ਕੁਛ ਨਹੀਂ ਗਾ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਇਹ ਜੀ ਮੇਰੇ ਖਿਆਲ ਤੋਂ ਤੁਹਾਨੂੰ ਕੀ ਲੱਗਦਾ ਹੁਣ ਸੰਘਰਸ਼ ਕਿੱਥੇ ਤੱਕ ਜਾਊਗਾ ਸਰਕਾਰ ਜਿਹੜੀ ਆ ਗੁੱਡ ਨੇ ਟੇਕ ਦੂ ਜਾਂ ਨਹੀਂ ਕਿੱਥੋਂ ਤੱਕ ਲੱਗਦਾ ਕੀ ਹੋਊਗਾ ਦੇਖੋ ਜੀ ਅੱਜ ਤੱਕ ਤਾਂ ਕਦੇ ਕਿਸੇ ਕੰਮ ਤੋਂ ਮਤਲਬ ਪੰਜਾਬ ਕਾਮਯਾਬੀ 'ਚ ਪਿੱਛੇ ਨਹੀਂ ਹਟਿਆ ਬੇਸ਼ੱਕ ਦੀ ਮੈਂ ਨਹੀਂ ਕਹਿੰਦਾ ਵੀ ਮੇਰੀ ਕੋਈ ਇੰਨੀ ਜ਼ਿਆਦਾ ਕਿਉਂ ਹੁਣ ਜਿਵੇਂ ਪੰਜਾਬੀ ਸੂਬੇ ਵਾਲਾ ਮਸਲਾ ਸੀ ਜਾਂ ਉਦੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵਾਲਾ ਮਸਲਾ ਸੀ ਅਤੇ ਮੇਰੇ ਖਿਆਲ ਤਾਂ ਕਦੇ ਕਾਮਯਾਬੀ ਤੋਂ ਪਿੱਛੇ ਨਹੀਂ ਰਹੇ ਤਾਂ ਵੱਡੀ ਉਮੀਦ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਪੰਜਾਬੀ ਲੋਕ ਇਕੱਠੇ ਹੋ ਕੇ ਚੱਲਣ ਕਿਉਂਕਿ ਕਿਸੇ ਨਾ ਤਾਂ ਧਰਮ ਦਾ ਮੈਟਰ ਹੈ ਨਾ ਕਿਸੇ ਕੌਮ ਦਾ ਮੈਟਰ ਹੈ ਨਾ ਕਿਸੇ ਖਾਸ ਕਰਕੇ ਕਿਸੇ ਬਿਜ਼ਨਸਮੈਨ ਦਾ ਜਾਂ ਕਿਸਾਨ ਦਾ ਇਹ ਤਾਂ ਸਾਰਿਆਂ ਦੀ ਪ੍ਰੋਬਲਮ ਹੈ ਜੇ ਪੰਜਾਬ ਦੇ ਵਿੱਚ ਫਸਲ ਹੈ ਨਹੀਂ ਤਾਂ ਸਮਝ ਲਓ ਚੱਕਾ ਜਾਮ ਹੋ ਗਿਆ ਇਹਨਾਂ ਨੇ ਕਿਹਾ ਅੱਜ ਸਵੇਰ ਤੋਂ ਹੀ ਪੁੱਜੋ ਪੈਂਚੀਆਂ ਤੋਂ ਲੈ ਕੇ ਸਾਡੇ ਥਾਣਾ ਵਿਖੇ ਮੋਦੀ ਸਾਹਿਬ ਦਾ ਪੁਤਲਾ ਸਾੜਿਆ ਗਿਆ ਉਸ ਤੋਂ ਬਾਅਦ ਟਰੈਕਟਰ ਟਰੈਲੀ ਰੂਪ ਗੋਲੀਆਣਾ ਮੰਡੀ ਦੇ ਸ਼ਿੱਟਾ ਥੱਲੇ ਤੁਹਾਡੇ ਸਾਹਮਣੇ ਹੈ ਇਹ ਆਪਣੀਆਂ ਮੋਦੀ ਸਰਕਾਰ ਪਤਾ ਨਹੀਂ ਕਿਵੇਂ ਝੂਠ ਬੋਲ ਕੇ ਆਪਣੀਆਂ ਵੋਟਾਂ ਨੂੰ ਟੋਰ ਲੈਂਦੇ ਹੈ ਭਰਾਵੋ ਪਤਾ ਨਹੀਂ ਮਸ਼ੀਨਾਂ ਮਸ਼ੂਨਾਂ ਆਪ ਬਣਾ ਲੈਂਦੇ ਹੈ ਹੁਣ ਨਾ ਕਿਤੇ ਗਲਤੀ ਖਾ ਜਿਓ ਪਰ ਹੁਣ ਤਾਂ ਜਿਹੜਾ ਦਿੱਲੀ ਦਰਬਾਰ ਨੂੰ ਪਤਾ ਲੱਗ ਚੁੱਕਿਆ ਹੈ ਕੈਨੇਡਾ ਅਮਰੀਕਾ ਤੱਕ ਜਿਹੜਾ ਹੈ ਇਹਨਾਂ ਦੇ ਵਿਰੋਧ ਦੇ ਵਿੱਚ ਉੱਥੇ ਸਾਡੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਹਨਾਂ ਦਾ ਵਿਰੋਧ ਕੀਤਾ ਔਰ ਅਮਰੀਕਾ ਦੇ ਵਿੱਚ ਟਰੰਪ ਨੇ ਇਹ ਕਹਿ ਦਿੱਤਾ ਮੋਦੀ ਸਾਹਿਬ ਤੁਹਾਨੂੰ ਸੋਚਣ ਲਈ ਮਜ਼ਬੂਰ ਹੋਣਾ ਪਊ ਕਿਉਂਕਿ ਜਿਹੜੀ ਇਹ ਕਿਸਾਨਾਂ ਦੀ ਸ਼ਕਤੀ ਹੈ ਮਜ਼ਦੂਰਾਂ ਦੀ ਸ਼ਕਤੀ ਹੈ ਜਿਨ੍ਹਾਂ ਦੇ ਸਿਰ 'ਤੇ ਸਾਡਾ ਧੁਰਾ ਚੱਲਦਾ ਉਹਦੇ ਬਾਰੇ ਤੈਨੂੰ ਜ਼ਰੂਰ ਸੋਚਣਾ ਪੈਂਦਾ ਬੇਸ਼ੱਕ ਉਹ ਆਰਡੀਨੈਂਸ ਕਾਨੂੰਨ ਬਣ ਗਏ ਹੈ ਪਰ ਇਹ ਆਰਡੀਨੈਂਸ ਅਸੀਂ ਵਾਪਸ ਕਰਾ ਕੇ ਹਟਾਂਗੇ ਉਹਦੇ ਵਿੱਚ ਸੋਧ ਕਰਵਾ ਕੇ ਹਟਾਂਗੇ ਅੱਜ ਦਾ ਜਿਹੜਾ ਇਹ ਰੋਸ ਮੁਜ਼ਾਹਰਾ ਅੱਜ ਮੈਨੂੰ ਲੱਗਦਾ ਕਿ ਕਲਾਕਾਰੀ ਤੋਂ ਪੋਲੀਟੀਕਲ ਤੋਂ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਜੋ ਕਿ ਕਿਸਾਨ ਚਾਹੁੰਦੇ ਨੇ ਕਿਉਂਕਿ ਅਸੀਂ ਕਿਸਾਨ ਅਸੀਂ ਕਲਾਕਾਰ ਨਹੀਂ ਰਹਿ ਗਏ ਹੁਣ ਅਸੀਂ ਇੱਕ ਆਮ ਕਿਸਾਨ ਹਾਂ ਅਸੀਂ ਆਪਣੀਆਂ ਖੇਤਾਂ ਦੀ ਲੜਾਈ ਲੜਦੇ ਫਿਰਦੇ ਹਾਂ ਨਾ ਕਿ ਅਸੀਂ ਆਪਣੀਆਂ ਗੀਤਾਂ ਦੀ ਲੜਾਈ ਲੜਦੇ ਹਾਂ ਗਲਤ ਤੋਂ ਜੀ ਇੱਕ ਤਰੀਕਾ ਇਹਨਾਂ ਦੇ ਤਰੀਕੇ ਗਲਤ ਨੇ ਇਹਨਾਂ ਦੇ ਕਰਨ ਦੇ ਤਰੀਕੇ ਗਲਤ ਨੇ ਜਿਹੜੇ ਸਾਨੂੰ ਬਿਲਕੁਲ ਸਵੀਕਾਰ ਨਹੀਂ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਤੇ ਕਰਦੇ ਰਹਾਂਗੇ ਮੈਂ ਵਾਰ ਵਾਰ ਇੱਕ ਹੀ ਗੱਲ ਕਹਿਣਾ ਕਿ ਅੱਜ ਜਵਾਨੀ 'ਚ ਜੋਸ਼ ਹੈ ਸਾਨੂੰ ਇੱਕ ਕਪਤਾਨ ਚਾਹੀਦਾ ਜਿਹੜਾ ਸਾਡੇ ਮੂਹਰੇ ਲਾ ਕੇ ਚੱਲੇ ਉਹ ਕਿਸਾਨ ਯੂਨੀਅਨ
ने आपका फर्ज निभाया तो असी उन्होंने आपका समर्थन दिता। एक लीडर जदों एक मंच से आजगा तो सारी जवानी लामबंद हो गई वो पिछले चलू। पहला भी लीडर बकाऊ हो गए थे, पहला भी लीडर जोड़े आने लीडर बकाऊ हो गए थे, इस करके जोड़ा आ उस समय भी संघर्ष में खोरा लग्या हूँ किमें देख रहे वो जोड़े पहले संघर्ष होए ने वह संघर्ष से असी इज्जत करते हैं सारे संघर्षों की, पर अज ये मुद्दा जवानी का है। ਇਹ ਜਵਾਨੀ ਹੈ ਜਿਹੜੀ ਇਹ ਤਖਤਾ ਪਲਟ ਦਿੰਦੀ ਆ। ਆਹ ਦੇਖੋ ਲੋਕ ਜਵਾਬ ਦੇ ਰਹੇ ਨੇ ਭਗਤ ਸਿੰਘ ਵਾਲਾ ਟਾਈਮ ਆਊਗਾ। ਅੱਜ ਜੇ ਜਵਾਨਾਂ 'ਚ ਜੋਸ਼ ਹੈ ਤਾਂ ਉਹ ਤਖਤਾ ਪਲਟਣਾ ਜਾਣਦੇ ਆ। ਸੋ ਅੱਜ ਦੀ ਲਹਿਰ ਹੈ ਉਹਨੂੰ ਤੁਸੀਂ ਪੁਰਾਣੀਆਂ ਲਹਿਰਾਂ ਨਾਲ ਨਾ ਜੋੜੋ। ਪੁਰਾਣਿਆਂ ਦੀ ਅਸੀਂ ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ ਹਾਂ।